ਹੁਸ਼ਿਆਰਪੁਰ ਦੀ ਚੱਬੇਵਾਲ ਪੁਲਿਸ ਨੇ ਪਿਛਲੇ ਦਿਨੀ ਮਾਲਪੁਰ ਵਿਖੇ ਇੱਕ ਡਾਕਟਰ ਦੀ ਦੁਕਾਨ ਤੇ ਹੋਈ ਲੁੱਟ ਦੇ ਮਾਮਲੇ ਨੂੰ ਹੱਲ ਕਰਦਿਆਂ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਉਹਨਾਂ ਕੋਲੋਂ ਲੁੱਟ ਦਾ ਸਮਾਨ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਹੈ। ਪੁਲਿਸ ਨੇ ਕਿਹਾ ਹੈ ਕਿ ਉਸਨੇ ਆਰੋਪੀਆਂ ਦੇ ਖਿਲਾਫ ਅਲੱਗ ਅਲੱਗ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੈਮਰਾਮੈਨ ਲਖਵਿੰਦਰ ਲੱਕੀ ਦੇ ਨਾਲ ਸੁਨੀਲ ਲਾਖਾ ਦੀ ਰਿਪੋਰਟ। 23 ਤਰੀਕ ਨੂੰ 2:30 ਇੱਕ ਡੈਂਟਲ ਡਾਕਟਰ ਦੀ ਦੁਕਾਨ 'ਤੇ ਇਨਫੋਰਮੇਸ਼ਨ ਆਈ ਸੀ ਵੀ ਉਹਨਾਂ ਦੇ ਕੋਈ ਦੁਕਾਨ 'ਤੇ ਉਹਨਾਂ ਨੂੰ ਉਹਨਾਂ ਅੰਦਰਬੰਦੀ ਬਣਾ ਕੇ ਅਤੇ ਉਹਨਾਂ ਦੇ ਸੋਨੇ ਦੇ ਗਹਿਣੇ ਅਤੇ ਉਹਨਾਂ ਨੂੰ ਕੁੱਟਮਾਰ ਕੀਤੀ, ਪਿਸਤਲ ਲਿਖਾ ਕੇ ਅਤੇ ਉਹਨਾਂ ਦੇ ਜਿਹੜੇ ਚੇਨ ਅਤੇ 4 ਮੁੰਦਰੀਆਂ ਅਤੇ ਕੋਲ 20,000 ਰੁਪਈਆ ਉਹ ਖੋ ਕੇ ਲੈ ਗਏ ਸੀ ਅਤੇ ਇਹਨੂੰ ਡਾਕਟਰ ਨੂੰ ਸੀਟ ਦਾ ਬੰਨ੍ਹ ਕੇ ਚਲੇ ਗਏ ਸੀ। ਉਸੇ ਪਿੰਡ ਦਾ ਹੀ ਇੱਕ ਮੁੰਡਾ ਜਿਹੜਾ ਤਰਜੀਤ ਸਾਹਮਣੇ ਆ, ਜਿਹੜਾ ਮੇਨ ਸੂਤਰਧਾਰ ਸੀਗਾ ਇਸ ਵਾਰਦਾਤ ਦਾ, ਰਣਦੀਪ ਸਿੰਘ, ਉਹਨੂੰ ਅਰੈਸਟ ਕੀਤਾ ਸੀਗਾ। ਉਹਦੀ ਅੱਗੇ ਪੁੱਛਗਿੱਛ ਤੋਂ ਲੁਧਿਆਣੇ ਦੇ ਲਾਗੇ ਪਿੰਡਾਂ ਦੇ ਪੰਜ ਮੁੰਡੇ ਉਹਨੇ ਹੋਰ ਦੱਸੇ ਸੀ, ਇਹਨਾਂ ਦੇ ਵਿੱਚੋਂ 2 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਪਾਸੋਂ ਲੁੱਟ ਦਾ ਲੁੱਟਿਆ ਗਿਆ ਸਾਰਾ ਸਮਾਨ ਅਤੇ ਸਫਾਰੀ ਗੱਡੀ ਇਹਦੇ ਵਿੱਚ ਭੱਜੇ ਸੀਗੇ, ਉਹ ਵੀ ਬਰਾਮਦ ਕਰ ਲਈ ਹੈ। ਨਹੀਂ, ਇਹਨਾਂ ਦੇ ਬੈਕਗਰਾਊਂਡ ਆ ਜੇ ਫਿਲਹਾਲ ਇਹਨਾਂ ਦੇ ਖਿਲਾਫ਼ ਇੱਕ ਮੁੰਡੇ ਦੇ ਖਿਲਾਫ਼ ਲੜਾਈ ਝਗੜੇ ਦਾ ਮਾਮਲਾ ਹੈਗਾ, ਅਦਰਵਾਈਜ਼ ਕੋਈ ਕਿਸੇ ਪਹਿਲੋਂ ਕਿਸੇ ਕੋਈ ਜੁਰਮ ਇਹਨਾਂ ਨੇ ਨਹੀਂ ਕੀਤਾ ਹੈਗਾ।